राजा फतेह चंद मैणी पटना साहब नगर की घनी आबादी विच एक विशेष हवेली विच निवास करते सन। प्रभु दा दित्ता इन्हां दे कोल सारा कुछ सी, पर औलाद सुख नहीं सी। उन्हां दी पत्नी राणी विशंबरा बस इसे चिंता विच खोई रहिंदी सी। जदों ओह बालक गोबिंद राय जी नूं होर बच्चियां दे नाल खेल कूद विच व्यस्त वेखदी तां उसदा मन भर आउंदा ਅਤੇ ਉਸਦੇ ਦਿਲ ਵਿੱਚ ਮਮਤਾ ਅੰਗੜਾਈਆਂ ਲੈਣ ਲੱਗਦੀਆਂ। ਪਰ ਉਹ ਸਾਹਸ ਨਹੀਂ ਬਟੋਰ ਪਾਉਂਦੀ ਸੀ ਕਿ ਗੋਬਿੰਦ ਰਾਏ ਨੂੰ ਆਪਣੇ ਅੰਗਣ ਵਿੱਚ ਬੁਲਾਏ। ਪਰ ਉਸਦੇ ਦਿਲ ਵਿੱਚ ਬਾਲਕ ਗੋਬਿੰਦ ਰਾਏ ਦੀ ਮੋਹਣੀ ਮੂਰਤ ਉਤਰਦੀ ਹੀ ਜਾਂਦੀ ਸੀ। ਉਹ ਨਾ ਲੋਚ ਕੇ ਵੀ ਗੋਬਿੰਦ ਰਾਏ ਦੇ ਵੱਲ ਖਿੱਚੀ ਚਲੀ ਜਾਂਦੀ ਸੀ। ਇੱਕ ਦਿਨ ਮਾਂ ਬਣਨ ਦੇ ਉਪਾਅ ਲੱਭਣ ਵਿੱਚ ਰਾਣੀ ਆਪਣੇ ਪਤੀ ਰਾਜਾ ਫਤਿਹ ਚੰਦ ਨੂੰ ਨਾਲ ਲੈ ਕੇ ਗੰਗਾ ਦੇ ਘਾਟ ਉੱਤੇ ਪੰਡਿਤ ਸ਼ਿਵਦੱਤ ਦੇ ਕੋਲ ਪਹੁੰਚੀ। ਰਾਣੀ ਨੇ ਆਪਣੀ ਤਰਸਯੋਗ ਪੀੜ ਪੰਡਿਤ ਜੀ ਨੂੰ ਸੁਣਾਈ ਅਤੇ ਕਿਹਾ ਕਿ ਉਹ ਜੋਤਿਸ਼ ਵਿੱਦਿਆ ਦੇ ਮਹਾਨ ਜਾਣਕਾਰ ਹਨ, ਉਹ ਕਿਰਪਾ ਕਰਕੇ ਦੱਸਣ ਕਿ ਉਸਦੀ ਕੁੱਖ ਕਦੋਂ ਹਰੀ ਹੋਵੇਗੀ। ਪੰਡਿਤ ਜੀ ਨੇ ਬਹੁਤ ਧਿਆਨ ਪੂਰਵਕ ਰਾਣੀ ਜੀ ਦਾ ਹੱਥ ਵੇਖਿਆ ਅਤੇ ਭਵਿੱਖ ਪੜਿਆ ਅਤੇ ਦੱਸਿਆ ਕਿ ਉਸਦੀ ਕਿਸਮਤ ਵਿੱਚ ਔਲਾਦ ਸੁੱਖ ਨਹੀਂ ਹੈ। ਇਸ ਉੱਤੇ ਰਾਣੀ ਰੋਣ ਲੱਗ ਪਈ। ਤਰਸ ਦੀ ਨਜ਼ਰ ਵੱਲੋਂ ਪਰਿਪੂਰਨ ਪੰਡਿਤ ਜੀ ਬੋਲੇ, ਹਾਂ ਇੱਕ ਉਪਾਅ ਹੈ। ਜੇਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਉੱਤਰਾਧਿਕਾਰੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਗੋਬਿੰਦ ਰਾਏ ਜੀ, ਜੋ ਕਿ ਹੁਣੇ ਛੋਟੀ ਉਮਰ ਦੇ ਹਨ, ਉਹ ਜੇਕਰ ਤੁਹਾਡੀ ਅਰਦਾਸ ਸੁਣ ਲੈਂਦੇ ਹਨ ਤਾਂ ਤੁਹਾਨੂੰ ਪੁੱਤ ਪ੍ਰਾਪਤੀ ਦਾ ਵਰਦਾਨ ਮਿਲ ਸਕਦਾ ਹੈ, ਕਿਉਂਕਿ ਉਹ ਬਾਲ ਰੂਪ ਵਿੱਚ ਪੂਰਨ ਪੁਰਖ ਹਨ। ਇਹ ਸੁਣ ਕੇ ਰਾਜਾ ਫਤਿਹ ਚੰਦ ਨੇ ਪ੍ਰਸ਼ਨ ਕੀਤਾ ਕਿ ਉਹਨਾਂ ਨੂੰ ਕਿਵੇਂ ਅਨੁਭਵ ਹੋਇਆ ਕਿ ਉਹ ਬਾਲਕ ਬਲਵਾਨ ਬਾਲਕ ਹੈ। ਜਵਾਬ ਵਿੱਚ ਪੰਡਿਤ ਸ਼ਿਵਦੱਤ ਜੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਹ ਸ਼ੁੱਧ ਰਾਮ ਭਗਤ ਹਨ। ਉਹ ਜਦੋਂ ਜਦੋਂ ਰਾਮ ਚੰਦਰ ਜੀ ਦੀ ਆਰਾਧਨਾ ਵਿੱਚ ਬੈਠਦਾ ਹੈ ਤਾਂ ਇਹੀ ਬਾਲਕ ਉਹਨਾਂ ਦੇ ਧਿਆਨ ਵਿੱਚ ਰਾਮ ਰੂਪ ਵਿੱਚ ਜ਼ਾਹਰ ਹੋ ਜਾਂਦਾ ਹੈ। ਅੰਤ ਉਹ ਬਾਲਕ ਨਹੀਂ, ਉਸਦੇ ਲਈ ਸ਼ਕਸ਼ਾਤ ਪਰਮ ਪੁਰਸ਼ੋਤਮ ਰਾਮ ਹੀ ਹਨ। ਤਦ ਰਾਣੀ ਨੇ ਪੰਡਿਤ ਜੀ ਦੀ ਗੱਲ ਦਾ ਸਮਰਥਨ ਕੀਤਾ ਅਤੇ ਕਿਹਾ, ਪੰਡਿਤ ਜੀ ਬਿਲਕੁਲ ਠੀਕ ਕਹਿੰਦੇ ਹਨ, ਉਹ ਬਾਲਕ ਗੋਬਿੰਦ ਰਾਏ ਕੋਈ ਸੁੰਦਰ ਦਿਵਿਆ ਜੋਤੀ ਹੈ। ਇਸ ਪ੍ਰਕਾਰ ਰਾਜਾ ਰਾਣੀ ਨਵੀਂ ਉਮੰਗ ਲੈ ਕੇ ਘਰ ਪਰਤ ਆਏ। ਪੰਡਿਤ ਸ਼ਿਵਦੱਤ ਦੀ ਗੱਲ ਮੰਨ ਕੇ ਰਾਜਾ ਅਤੇ ਰਾਣੀ ਰਾਤ ਦਿਨ ਬਾਲਕ ਗੋਬਿੰਦ ਰਾਏ ਜੀ ਨੂੰ ਆਰਾਧਨ ਲੱਗੇ। ਲਗਾਤਾਰ ਆਰਾਧਨ ਕਰਕੇ ਜਦ ਇਹਨਾਂ ਦੀ ਇੱਛਾ ਤੀਬਰ ਹੋ ਗਈ ਤਾਂ ਗੁਰੂ ਜੀ ਬਾਲਕਾਂ ਨਾਲ ਖੇਡਦੇ ਖੇਡਦੇ ਰਾਜਾ ਮੈਣੀ ਦੇ ਘਰ ਚਲੇ ਗਏ। ਰਾਣੀ ਅੱਖਾਂ ਮੀਟ ਕੇ ਆਪ ਜੀ ਨੂੰ ਯਾਦ ਕਰ ਰਹੀ ਸੀ ਕਿ ਬਾਲਕ ਗੋਬਿੰਦ ਰਾਏ ਜੀ ਰਾਣੀ ਦੀ ਗੋਦ ਵਿੱਚ ਚੁਪਕੇ ਹੀ ਬੈਠ ਗਏ ਅਤੇ ਪਿਆਰ ਨਾਲ ਮਾਂ ਜੀ ਮਾਂ ਜੀ ਕਹਿਣ ਲੱਗੇ। ਇਹ ਪਿਆਰ ਭਰੀ ਆਵਾਜ਼ ਸੁਣ ਕੇ ਜਦ ਰਾਣੀ ਨੇ ਅੱਖਾਂ ਖੋਲ੍ਹ ਕੇ ਵੇਖਿਆ ਤਾਂ ਸਾਹਿਬਜ਼ਾਦੇ ਨੂੰ ਆਪਣੀ ਗੋਦ ਵਿੱਚ ਬੈਠਾ ਵੇਖ ਕੇ ਬਹੁਤ ਪ੍ਰਸੰਨ ਹੋਈ। ਉਸਨੇ ਬਾਲਕ ਗੋਬਿੰਦ ਰਾਏ ਜੀ ਨੂੰ ਆਪਣੇ ਗਲ ਵੱਲੂ ਲਗਾਇਆ ਅਤੇ ਪਿਆਰ ਵਿੱਚ ਲੀਨ ਹੋ ਗਈ। ਰਾਣੀ ਦੇ ਨੇਤਰ ਵਿੱਚ ਪਿਆਰ ਭਰੇ ਹੰਝੂਆਂ ਦੀ ਧਾਰ ਵਗ ਨਿਕਲੀ। ਜਦੋਂ ਰਾਣੀ ਨੂੰ ਕੁਝ ਹੋਸ਼ ਆਈ ਤਾਂ ਬਾਲਕ ਗੋਬਿੰਦ ਰਾਏ ਜੀ ਦਾ ਮਸਤਕ ਚੁੰਮਿਆ ਅਤੇ ਪਿਆਰ ਵੱਲੋਂ ਸਰਾਹਣ ਲੱਗੀ। ਰਾਣੀ ਨੂੰ ਪ੍ਰਸੰਨ ਵੇਖ ਕੇ ਆਪ ਜੀ ਨੇ ਕਿਹਾ, ਮਾਂ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ, ਸੋ ਮੇਰੇ ਵਰਗਾ ਮੈਂ ਹੀ ਹਾਂ, ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ। ਇਹ ਗੱਲ ਸੁਣ ਕੇ ਰਾਣੀ ਨੇ ਆਪ ਜੀ ਨਾਲ ਬਹੁਤ ਪਿਆਰ ਕਰਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਉਸ ਉਪਰੰਤ ਜਦ ਰਾਣੀ ਨੇ ਆਪ ਜੀ ਅਤੇ ਸਾਥੀ ਬਾਲਕਾਂ ਵਾਸਤੇ ਨੌਕਰ ਨੂੰ ਬਾਜ਼ਾਰ ਤੋਂ ਮਠਿਆਈ ਲਿਆਉਣ ਵਾਸਤੇ ਆਖਿਆ ਤਾਂ ਆਪ ਜੀ ਨੇ ਕਿਹਾ, ਮਾਤਾ ਜੀ ਅਸੀਂ ਖੇਡਦੇ ਆਏ ਹਾਂ ਅਤੇ ਸਾਨੂੰ ਬਹੁਤ ਭੁੱਖ ਲੱਗੀ ਹੈ, ਜੋ ਕੁਝ ਘਰ ਵਿੱਚ ਤਿਆਰ ਹੈ ਸਾਨੂੰ ਉਹੀ ਵੰਡ ਦਿਓ। ਆਪ ਜੀ ਦਾ ਇਹ ਬਚਨ ਸੁਣ ਕੇ ਰਾਣੀ ਮੈਣੀ ਨੇ ਛੋਲਿਆਂ ਦੀ ਘੁੰਗਣੀਆਂ ਜੋ ਉਸ ਸਮੇਂ ਘਰ ਵਿੱਚ ਤਿਆਰ ਸਨ ਸਭ ਬਾਲਕਾਂ ਨੂੰ ਵੰਡ ਦਿੱਤੀਆਂ।
ਘੁੰਗਣੀਆਂ ਛੱਕ ਕੇ ਆਪ ਜੀ ਬਹੁਤ ਪ੍ਰਸੰਨ ਹੋਏ ਅਤੇ ਕਿਹਾ, ਮਾਤਾ ਜੀ, ਅਸੀਂ ਜਦੋਂ ਵੀ ਤੁਹਾਡੇ ਘਰ ਆਈਏ ਸਾਨੂੰ ਘੁੰਗਣੀਆਂ ਹੀ ਛਕਾਇਆ ਕਰੋ, ਸਾਨੂੰ ਇਹ ਬੜੀਆਂ ਸਵਾਦ ਲੱਗਦੀਆਂ ਹਨ। ਉਸ ਉਪਰੰਤ ਜਦ ਆਪ ਜੀ ਬਾਲਕਾਂ ਨਾਲ ਰਾਣੀ ਦੇ ਘਰ ਜਾਂਦੇ, ਰਾਣੀ ਬੜੇ ਪ੍ਰੇਮ ਪਿਆਰ ਨਾਲ ਘੁੰਗਣੀਆਂ ਤਿਆਰ ਕਰਕੇ ਛਕਾਉਂਦੀ। ਇਹ ਰੀਤ ਅੱਜ ਤੱਕ ਇਸੇ ਤਰ੍ਹਾਂ ਚਲੀ ਆਉਂਦੀ ਹੈ। ਅੱਜ ਵੀ ਬਾਲ ਲੀਲਾ ਮੈਨੀ ਸੰਗਤ ਗੁਰਦੁਆਰੇ ਵਿੱਚ, ਜੋ ਕਿ ਪਹਿਲਾਂ ਰਾਜੇ ਦਾ ਘਰ ਸੀ, ਉੱਥੇ ਸੰਗਤ ਨੂੰ ਘੁੰਗਣੀਆਂ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ। ਬਹੁਤ ਜਲਦ ਗੁਰੂ ਜੀ ਦੇ ਆਸ਼ੀਰਵਾਦ ਨਾਲ ਰਾਣੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬੋਕਸ ਵਿੱਚ ਜਾ ਕੇ ਧੰਨ ਗੁਰੂ ਗੋਬਿੰਦ ਸਾਹਿਬ ਜੀ ਜ਼ਰੂਰ ਲਿਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ।